ਗੁਰਵਿੰਦਰ ਸਿੰਘ ਖਾਲਸਾ ਜੋ ਕਿ ਕੋਠੇ ਕੌਰ ਸਿੰਘ ਵਾਲਾ ਦੇ ਵਸਨੀਕ ਨੇ ਅਤੇ ਸਬਜ਼ੀ ਦੀ ਖੇਤੀ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ, ਵਾਹਿਗੁਰੂ ਜੀ ਕੀ ਫਤਿਹ ਬਾਈ ਜੀ। ਹਾਂ ਬਾਈ ਜੀ, ਕਿਵੇਂ ਫਿਰ ਤਜਰਬਾ ਫਿਰ ਇੱਧਰ ਸਬਜ਼ੀ ਵਾਲੇ ਪਾਸੇ ਮੋੜ ਲਿਆ? ਬਈ ਸਬਜ਼ੀ ਵਾਲੇ ਪਾਸੇ ਤਾਂ ਫਿਰ ਕੁਛ ਬਦਲਣਾ ਸੀਗਾ, ਤਾਂ ਕਰਕੇ ਇਹ ਚੱਕਰ ਦੇ ਵਿੱਚ ਮੈਂ ਥੋੜ੍ਹਾ ਜਿਹਾ ਲੋਕਾਂ ਨਾਲੋਂ ਹਟ ਕੇ ਬਈ ਸਬਜ਼ੀ ਲਈ ਲੈਣ 'ਚ ਆਇਆ ਵੀ ਬਦਲਵੀਂ ਖੇਤੀ ਕਰੀਏ, ਖੁਰਾ ਆਪਾਂ ਨੂੰ ਜ਼ਿਆਦਾ ਮੁਨਾਫਾ ਮਿਲ ਜੇ, ਕਿਉਂਕਿ ਕਣਕ ਝੋਨਾ ਦਾ ਬਈ ਫਿਰ ਪੱਕੀ ਫਸਲ ਦਾਦੇ ਪੜਦਾਦੇ ਕਰਦੇ ਹੀ ਆ ਰਹੇ ਸੀ, ਅਤੇ ਉਹਨਾਂ ਦਾ ਥੋੜ੍ਹਾ ਜਿਹਾ ਪਾਸੇ ਹਟ ਕੇ ਮੈਂ ਇਹ ਕੰਮ ਸ਼ੁਰੂ ਕੀਤਾ ਅਤੇ ਵਧੀਆ ਮੈਨੂੰ ਪ੍ਰੋਫਿਟ ਮਿਲਿਆ ਬਈ, ਬਹੁਤ ਵਧੀਆ ਹੰਗਾਰਾ ਮਿਲਿਆ ਸਬਜ਼ੀ ਵੱਲੋਂ, ਅਤੇ ਕਣਕ ਝੋਨੇ ਨਾਲ ਪੱਕੀਆਂ ਫਸਲਾਂ ਨਾਲ ਜ਼ਿਆਦਾ ਕਮਾਈ ਹੈ। ਅਤੇ ਕਾਰਨ ਕੀ ਬਣਿਆ ਬਈ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਹੈ ਨਾ, ਤੁਸੀਂ ਵਿਦੇਸ਼ ਵੀ ਗਏ? ਹਾਂ ਬਈ। ਉੱਥੇ ਵੀ ਕਾਫੀ ਟਾਈਮ ਕੰਮ ਵੀ ਕੀਤਾ? ਹਾਂ ਬਈ। ਫਿਰ ਇੱਥੇ ਫਿਰ ਵਾਪਸੀ? ਬਈ ਵਾਪਸੀ ਤਾਂ ਆਏ ਹਾਂ ਕਿ ਪਹਿਲਾਂ ਸੀਗਾ ਵੀ ਵਿਦੇਸ਼ ਜਾਵਾਂਗੇ, ਉੱਥੇ ਪੈਸਿਆਂ ਦੇ ਗੱਟੇ ਭਰੇ ਪਏ ਵਾ, ਚੱਕ ਹੀ ਮੁੜਨਾ ਹੈ ਨਾ। ਹਰ ਇੱਕ ਬੰਦੇ ਦੇ ਮਨ 'ਚ ਕਿਤੇ ਨਾ ਕਿਤੇ ਇਹੀ ਹੁੰਦਾ ਵੀ ਪੈਸਾ, ਹਰ ਆ ਮੈਂ ਸਬਜ਼ੀ ਦਾ ਕੰਮ ਕਰਦਾ, ਮੇਰਾ ਵੀ ਮੇਨ ਮਤਲਬ ਤਾਂ ਪੈਸਾ ਹੀ ਆ ਬਈ, ਵੀ ਪੈਸਾ ਕਮਾਵਾਂ ਹੈ ਨਾ, ਅਤੇ ਬਾਹਰ ਵੀ ਬੰਦਾ ਪੈਸੇ ਦੀ ਖਾਤਰ ਹੀ ਜਾਂਦਾ, ਪਰ ਉੱਥੇ ਜਾਏ ਤੋਂ ਪਤਾ ਲੱਗਦਾ ਵੀ ਪੈਸਾ ਕਿਵੇਂ ਬਣਾਉਣਾ ਬਈ। ਉੱਥੇ 13-13 ਘੰਟੇ ਕੰਮ ਕਰਕੇ ਅਤੇ ਉੱਥੇ ਫਿਰ ਇੰਨੀਆਂ ਸਖ਼ਤ ਮਿਹਨਤਾਂ ਕਰਕੇ ਕਿਸੇ ਬੰਦੇ ਦੇ ਥੱਲੇ ਕੰਮ ਕਰਕੇ ਬਈ, ਉਹ ਪਤਾ ਨਹੀਂ ਉਹਨੇ ਕੀ ਬੋਲਣਾ ਕੀ ਨਹੀਂ ਬੋਲਣਾ, ਫਿਰ ਜਾ ਕੇ ਬਈ ਮਹੀਨੇ ਬਾਅਦ ਸੈਲਰੀ ਆਉਂਦੀ ਸੀ। ਭਲਾਈ ਉੱਥੇ ਬਈ 60-70 ਹਜ਼ਾਰ ਰੁਪਇਆ ਬਣ ਜਾਂਦਾ ਸੀ, ਪਰ ਸੰਤੁਸ਼ਟੀ ਨਹੀਂ ਸੀਗੀ, ਕਿਉਂਕਿ ਪੰਜਾਬੀਆਂ ਦਾ ਖੂਨ ਹੋਰ ਹੁੰਦਾ ਬਈ, ਤੇ ਕਿਉਂਕਿ ਇਹਨਾਂ ਦਾ ਖੂਨ ਇਹ ਹੁੰਦਾ, ਪੰਜਾਬੀਆਂ ਦਾ ਖੂਨ ਇਹ ਹੁੰਦਾ ਵੀ ਸਾਨੂੰ ਦਬਕਾ ਨਾ ਮਾਰੇ ਕੋਈ, ਤੇ ਪਰ ਉੱਥੇ ਦਬਕੇ ਗੁਲਾਮੀ ਨਹੀਂ ਸਹਿੰਦਾ, ਗੁਲਾਮੀ ਨਹੀਂ ਸਹਿੰਦਾ ਬਈ ਪੰਜਾਬੀ ਭਲਾਂ ਦੀ ਕਿਵੇਂ ਆ। ਬਹੁਤ ਜ਼ਿਆਦਾ ਗੁੱਸਾ ਹੁੰਦਾ ਸੀ ਬਈ ਜਦੋਂ ਆ ਕੇ ਕਹਿੰਦਾ ਸੀ ਫੋਰਮੈਨ, ਯਾਰ ਤੁਸੀਂ ਇੰਨਾ ਕੀ ਕੀਤਾ ਹਜੇ, ਉਦੋਂ ਬੜਾ ਮਨ ਨੂੰ ਦੁੱਖ ਲੱਗਦਾ ਸੀ ਬਈ। ਤੇ ਫਿਰ ਮੈਂ 4-5 ਸਾਲਾਂ ਬਾਅਦ ਬਈ ਜਦੋਂ ਇੱਥੇ ਵਾਪਸ ਆਇਆ ਹੈ ਨਾ, ਇੱਥੇ ਆਇਆ ਮੈਂ, ਵੈਸੇ ਤਾਂ ਮੈਂ ਛੁੱਟੀ ਆਇਆ ਸੀ ਬਈ, ਤੇ ਛੁੱਟੀ ਆਉਣ ਤੋਂ ਬਾਅਦ ਫਿਰ ਮੈਂ ਬਈ ਇੱਥੇ ਥੋੜ੍ਹਾ ਜਿਹਾ ਕੰਮ ਸਬਜ਼ੀ ਦਾ ਸ਼ੁਰੂ ਕੀਤਾ, ਕਿਉਂਕਿ ਕਣਕ ਝੋਨੇ 'ਚ ਘਰਦੇ ਕਰਦੇ ਸੀ, ਨਹੀਂ ਪ੍ਰੋਫਿਟ ਇੰਨਾ ਸੀਗਾ, ਅਤੇ ਮੈਂ ਥੋੜ੍ਹੀ ਜਿਹੀ ਬਈ ਸਬਜ਼ੀ ਦਾ ਕੰਮ ਸ਼ੁਰੂ ਕੀਤਾ, ਉਹਦੇ ਵਿੱਚ ਪ੍ਰੋਫਿਟ ਲੱਗਿਆ ਮੈਨੂੰ, ਮੁੜ ਕੇ ਮੈਂ ਬਾਹਰ ਨਹੀਂ ਗਿਆ। ਉੱਥੇ ਕੀ ਕੰਮ ਕਰਦੇ ਸੀ ਬਈ ਫਿਰ ਜਦੋਂ ਉੱਥੇ ਇੰਨਾ ਟਾਈਮ ਜਿਹੜਾ ਕੰਮ ਕਰਿਆ? ਉੱਥੇ ਬਈ ਪੱਕਾ ਕੰਮ ਤਾਂ ਫਾਰਮਿੰਗ ਦੇ ਵਿੱਚ ਸੀਗਾ, ਪਰ ਉਹਦੇ ਤੋਂ ਪੈਸਾ ਨਹੀਂ ਬਣਦਾ ਸੀ, 8 ਘੰਟੇ ਦੇ ਫਾਰਮ ਦੇ ਵਿੱਚ ਕਰਦੇ ਹੀ ਕਰਦੇ ਸੀ, ਪਰ ਉਸ ਤੋਂ ਬਾਅਦ ਵੀ ਜੇ ਅਸੀਂ ਵਧੀਆ ਕਮਾਈ ਕਰਨੀ ਸੀ ਤਾਂ ਹੈ ਨਾ ਬਈ ਉੱਥੇ ਓਵਰ ਟਾਈਮ ਲਾਉਣਾ ਪੈਂਦਾ ਸੀ, ਹੋਟਲਾਂ ਦੇ ਵਿੱਚ ਭਾਂਡੇ ਵੀ ਮਾਂਜਦੇ ਸੀ। 6 ਮਹੀਨੇ ਮੈਂ ਕੰਮ ਸੜਕਾਂ ਤੋਂ ਘਾਹ ਕੱਟਣ ਦਾ ਵੀ ਕੀਤਾ ਬਈ, ਉੱਥੇ ਡਿਲੀਵਰੀ ਮੈਨ ਦਾ ਕੰਮ ਵੀ ਕੀਤਾ ਬਈ, ਕਈ ਕੰਮ ਉੱਥੇ ਫੜਨੇ ਪੈਂਦੇ ਬੰਦੇ ਦਾ, ਪੱਕਾ ਕੰਮ ਨਹੀਂ ਹੈਗਾ ਉੱਥੇ। ਅਤੇ ਹੋਟਲਾਂ ਦੇ ਵਿੱਚ ਅਸੀਂ ਭਾਂਡੇ ਮਾਂਜਣੇ, ਹੋਟਲਾਂ ਨਾਲ ਕੰਟੈਕਟ ਕੀਤਾ ਜੀ, ਰਾਤ ਨੂੰ ਜਾਣਾ 2-2 ਘੰਟੇ ਉੱਥੇ ਲਾ ਕੇ ਆਉਣੇ ਬਈ, ਅਤੇ ਕਈ ਪ੍ਰਕਾਰ ਦੇ ਜਾਣੀ ਕਿ ਬਈ ਉੱਥੇ ਕਈ ਪ੍ਰਕਾਰ ਦੇ ਕੰਮ ਕੀਤੇ, ਜਿਹੜਾ ਵੀ ਕੰਮ ਮਿਲਦਾ ਸੀ ਉਹ ਕਰਨਾ ਹੀ ਪੈਣਾ ਸੀਗਾ। ਜਦੋਂ ਭਾਂਡੇ ਮਾਂਜਦੇ ਸੀ ਬਈ ਉਦੋਂ ਐਂ ਨਹੀਂ ਮਹਿਸੂਸ ਹੁੰਦਾ ਸੀ ਯਾਰ ਕਿੱਥੇ ਗੁਲਾਮੀ ਬਣ ਕੇ ਫਿਰ ਆ ਕੇ ਗੁਲਾਮ ਆ ਗਏ? ਬਈ ਬੜਾ ਮਹਿਸੂਸ ਹੁੰਦਾ ਸੀਗਾ, ਪਰ ਉੱਥੇ ਕੰਮ ਕੀਤੇ ਤੋਂ ਬਿਨਾਂ ਹੱਲ ਹੀ ਹੈ ਨਹੀਂ ਕੋਈ ਬਈ। ਜੇ 2 ਦਿਨ ਕੰਮ 'ਤੇ ਨਹੀਂ ਜਾਂਦੇ ਸੀ, ਰੂਮਮੇਟ ਜਿਹਨਾਂ ਨਾਲ ਰੂਮ ਸਾਂਝਾ ਸੀ ਉਹ ਆਨੇ ਕੱਢਣ ਲੱਗ ਜਾਂਦੇ ਸੀ ਬਈ ਕੰਮ ਲੱਭ ਆਪਦਾ, ਹੁਣ ਇੱਥੇ ਤਾਂ ਬਈ ਪੰਜਾਬ 'ਚ ਬੈਠੇ ਜੇ ਨਾ ਵੀ ਮਹੀਨਾ ਕੰਮ ਕਰਾਂਗੇ ਤਾਂ ਵੀ ਪਰਿਵਾਰ ਬਈ ਰੋਟੀ ਤਾਂ ਦੇਈ ਜਾਊਗਾ। ਉੱਥੇ ਬਈ ਵੱਧ ਤੋਂ ਵੱਧ 3-4 ਦਿਨ, ਵੱਧ ਤੋਂ ਵੱਧ ਹਫ਼ਤਾ ਬਈ ਕੋਈ ਰਿਸ਼ਤੇਦਾਰ ਹੈ ਕੋਈ ਯਾਰ ਦੋਸਤ ਆਪਣੇ ਰੋਟੀ ਖਵਾ ਸਕਦਾ, ਕਿਤੇ ਨਾ ਕਿਤੇ ਉੱਥੇ ਕੰਮ ਲੱਭਣਾ ਹੀ ਪੈਂਦਾ। ਹੁਣ ਪੱਕੇ ਤੌਰ 'ਤੇ ਕਹਿਤਾ ਅਲਵੇ ਤਾਂ ਨਹੀਂ ਬਈ, ਹੁਣ ਆਪਾਂ ਸੋਚਿਆ ਵੀ ਨਹੀਂ ਕਦੇ ਬਈ, ਹਜੇ ਵੀ ਮੇਰੇ ਕੋਲ ਟਾਈਮ ਪਿਆ ਬਾਹਰ ਜਾਣ ਦਾ ਬਈ, 20 ਸਾਲਾਂ ਤੱਕ ਇਹਦਾ ਹੁੰਦਾ ਬਈ ਮਤਲਬ ਐਕਸਪਾਇਰ ਹੁੰਦਾ ਵੀਜ਼ਾ ਹੈ ਨਾ, ਪਰ ਆਪਾਂ ਪੱਕੇ ਤੌਰ 'ਤੇ ਇੱਥੇ ਆਏ ਹਾਂ ਬਈ। ਇੱਥੇ ਮੈਨੂੰ ਬੜੀ ਵਧੀਆ ਸੰਤੁਸ਼ਟੀ ਹੈ ਬਈ, ਬਹੁਤ ਵਧੀਆ ਕਮਾਈ ਹੈ, ਵਧੀਆ ਰੁਜ਼ਗਾਰਾ ਚੱਲ ਰਿਹਾ। ਪਰ ਹਾਂ ਇਹ ਜ਼ਰੂਰ ਹੈ ਵੀ ਉੱਥੇ 13 ਘੰਟੇ ਕੰਮ ਕਰਦੇ ਸੀ, ਜੇ ਇੱਥੇ ਮੈਂ 13 ਘੰਟੇ ਕੰਮ ਕਰਾਂ ਤਾਂ ਬਈ ਮੈਂ ਤਾਂ ਕੈਨੇਡਾ ਦੀ ਵੀ ਢੂਈ ਭੰਨ ਦੂੰਗਾ ਇੱਥੇ, ਅਤੇ ਜੇ ਆਪਾਂ ਪੱਕੇ ਤੌਰ 'ਤੇ ਕੰਮ ਕਰੀਏ ਮੈਂ ਤਾਂ ਕਰਦਾ ਹੀ ਆਪਦੇ ਖੇਤ 'ਚ 4 ਘੰਟੇ ਕੰਮ ਆ ਬਈ। ਕਹਿੰਦੇ ਆ ਨਾ ਵੀ ਜਿਹਦੇ ਤਨਖਾਹ 'ਤੇ ਜਿੰਨੀ ਮਰਜ਼ੀ ਹੋਵੇ ਹੈ ਨਾ, ਢਿੱਡ ਤਾਂ ਭਰਦਾ ਨਹੀਂ, ਮਾਨਸਿਕ ਸੰਤੁਸ਼ਟੀ ਦਾ। ਹਾਂ ਬਈ, ਉੱਥੇ ਬੰਦੇ ਦਾ ਬਈ ਦਿਮਾਗ ਹੀ ਯਾਦ ਹੈ ਨੀਗਾ, ਉਹ ਗੱਲ ਵੱਖਰੀ ਹੈ ਬਈ। ਇੱਥੇ ਬਾਹਰ ਬੰਦਾ ਗਿਆ ਹੁੰਦਾ ਤਾਂ ਇੱਥੇ ਮੇਰੇ ਵਰਗਾ ਬਈ, ਮੇਰਾ ਜਿਵੇਂ ਮੁੰਡਾ ਬਾਹਰ ਗਿਆ ਹੋਵੇ ਤੇ ਮੈਂ ਇੱਥੇ ਚੌੜਾ ਹੋ ਕੇ ਬੈਠਾ ਸੀ, ਕੈਨੇਡਾ ਅਮਰੀਕਾ ਰਹਿੰਦੇ ਆ, ਉੱਥੇ ਦਾ ਬਈ ਦਿਮਾਗ ਹੀ ਬੰਦੇ ਦਾ ਯਾਦ ਨੀਗਾ, ਕਾਹਦਾ ਬਈ ਪੈਸੇ ਦਾ ਕਰਾਉਣਾ ਕੀ ਆ। ਆਹ ਹੁਣ ਬਈ ਵੇਖਿਆ, ਬਥੇਰੇ ਵੇਖਿਆ ਬਈ, ਬਹੁਤ ਮੁੰਡੇ ਵੇਖਿਆ ਹੈ ਨਾ ਉੱਥੇ ਜਾਂਦੇ ਆ, ਨਾ ਤਾਂ ਉਹਨਾਂ ਤੋਂ
ਮਰਗਾਂ ਤੇ ਆਇਆ ਨਾ ਗਮੀਆਂ ਤੇ ਨਾ ਖੁਸ਼ੀਆਂ ਤੇ, ਉੱਥੇ ਬੈਠੇ ਆਖ ਦਿੰਦੇ ਸਾਨੂੰ ਲੈਬ ਦਿਖਾ ਦਿਓ, ਕਿਸੇ ਦਾ ਦਾਦਾ ਮਰ ਜਾਂਦਾ, ਕਿਸੇ ਦਾ ਪੜਦਾਦਾ ਮਰ ਜਾਂਦਾ, ਵੀ ਉੱਥੇ ਬੈਠਣ ਨੂੰ ਲੈਬ ਦਿਖਾਉਣਾ ਪੈਂਦਾ, ਇੱਥੇ ਤਾਂ ਆ ਨਹੀਂ ਸਕਦੇ। ਫਿਰ ਇਹੋ ਜਿਹੇ ਪੈਸੇ ਤੋਂ ਆਪਾਂ ਕਰਾਉਣਾ ਵੀ ਕੀ ਹੈ, ਵੀ ਇੱਥੇ ਘਾਟਾ ਆਪਣਾ ਦੀ ਕਮਾਈ ਆਪਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਤਾਂ ਸ਼ਾਮਿਲ ਹੈਗੇ ਆ। ਤੇ ਕਿੰਨੇ ਥਾਂ 'ਚ ਬਈ ਹੁਣ ਤੁਸੀਂ ਇੱਥੇ ਖੇਤੀ ਕਰ ਰਹੇ ਹੋ, ਕੀ ਕਰ ਰਹੇ ਹੋ? ਹੁਣ ਇਹਦੇ ਵਿੱਚ ਬਈ ਮੇਰੇ ਕੋਲ ਜਿਹੜੀ ਪੱਕੀ ਸਬਜ਼ੀ ਹੁੰਦੀ ਹੈ, ਜਿਹੜੀ ਪ੍ਰੋਪਰ ਮੇਰੇ ਕੋਲ ਹਰ ਟਾਈਮ ਬਈ ਕੁਦਰਤੀ ਆਫਤ ਨਾ ਪਵੇ, ਹਰ ਟਾਈਮ ਹੁੰਦੀ 1.5 ਕਿੱਲੇ ਦੇ ਵਿੱਚ ਬਈ ਮੇਰੇ ਕੋਲ 3-4 ਵਰਾਇਟੀਆਂ ਹੁੰਦੀਆਂ। ਜਿਵੇਂ ਹੁਣ ਅੱਜ ਦੇ ਟਾਈਮ 'ਚ ਮੇਰੇ ਕੋਲ ਅੱਜ ਦੀ ਘੜੀ ਬਈ 6-7 ਵਰਾਇਟੀਆਂ, ਜਿਹਦੇ ਵਿੱਚ 2 ਵਰਾਇਟੀਆਂ ਮੇਰੇ ਚੱਲ ਰਹੀਆਂ, ਮਹੀਨੇ ਬਾਅਦ ਇਹ ਮੁੱਕਣਗੀਆਂ, ਆਪਣਾ ਛੋਲੀਆਂ ਚੱਲ ਪਊ, ਛੋਲੀਆਂ ਮੁੱਕ ਕੇ ਬਈ ਮਟਰ ਚੱਲ ਪਊ, ਮਟਰ ਤੋਂ ਬਾਅਦ ਜਦੋਂ ਮਟਰ ਮੁੱਕੂਗਾ ਬਈ ਉਦੋਂ ਆਪਣੇ ਕੱਦੂ ਚੱਲ ਪੈਣਗੇ, ਮੁੜ ਕੇ ਵਾਹਣ ਵਿਹਲਾ ਹੋ ਜਾਊ ਸਾਰਾ ਬਈ, ਉਸ ਤੋਂ ਬਾਅਦ ਆਪਾਂ ਗੋਭੀ ਲਾ ਦਾਂਗੇ। ਅਤੇ ਬਈ ਜਿਵੇਂ ਇਹਦੀ ਮਾਰਕੀਟਿੰਗ ਵਗੈਰਾ ਫਿਰ ਖੁਦ ਆਪ ਹੀ ਵੇਚ ਕੇ ਆਉਂਦੇ ਆ ਕਿ ਜਾਂ ਕੋਈ ਬੰਦਾ ਰੱਖਿਆ ਹੋਵੇਗਾ? ਨਹੀਂ ਬਈ ਮੈਂ ਖੁਦ ਮਾਰਕੀਟਿੰਗ ਸੇਲ ਕਰਦਾ, ਆਪ ਮਾਰਕੀਟਿੰਗ ਕਰਦਾ ਸਾਰੀ ਸਬਜ਼ੀ ਦੀ। ਹੁਣ ਤੋੜਾਂਗੇ, ਤੋੜ ਕੇ ਮੈਂ ਲਿਜਾਊਂਗਾ ਬਈ, ਜਿਵੇਂ ਮੰਨ ਲਾ ਵੀ ਇੱਥੇ ਆਪਣੇ ਹਵਾਈ ਅੱਡਾ ਭਿੱਸੀਆਂ ਨੇ, ਉੱਥੇ ਆਪਾਂ ਪੱਕਾ ਪਲੇਟਫਾਰਮ ਬਣਾਇਆ, ਲੋਕ ਜੁੜੇ ਹੋਏ ਆ, ਮੇਰੀ ਅੜੀਕ ਕਰਦੇ ਹੁੰਦੇ ਵੀ ਖਾਲਸਾ ਆਊਗਾ ਅਤੇ ਉਹ ਤੋਂ ਸਬਜ਼ੀ ਖਰੀਦਾਂਗੇ। ਭਲਾਈਆਂ ਨੇ ਜਾਂਦਾ ਮੈਂ ਬਈ ਆਉਣਗੜ੍ਹ ਵਾਲੇ ਕੋਠੇ ਅਤੇ ਧੂੜਕੋਟ, ਬਸ ਮੇਰੇ ਕੋਲ 4 ਹੀ ਪਲੇਟਫਾਰਮ ਆ ਬਈ, ਅਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ। ਅਤੇ ਸ਼ਡਿਊਲ ਕਿਵੇਂ ਰਹਿੰਦਾ ਫਿਰ ਸਾਰੇ ਦਿਨ ਦਾ ਬਈ? ਸ਼ਡਿਊਲ ਤਾਂ ਇਹ ਰਹਿੰਦਾ ਵੀ ਬਾਹਰਲੇ ਮੁਲਕ ਦੇ ਮੁਤਾਬਕ ਦੇਖੀਏ ਤਾਂ ਬਈ ਸ਼ਡਿਊਲ ਬਹੁਤ ਘੱਟ ਆ, ਬਿਜੀ ਘੱਟ ਆ। ਜੇ ਇੱਧਰਲੇ ਮੁਤਾਬਕ ਲੋਕਾਂ ਦੇ ਮੁਤਾਬਕ ਵੇਖਾਂਗੇ ਤਾਂ ਮੇਰਾ ਲੋਕਾਂ ਨਾਲ ਮਿਲਣ ਵਰਤਣ ਬਹੁਤ ਘੱਟ ਆ ਪਿੰਡ 'ਚ ਬਈ, ਮਤਲਬ ਵੀ ਜਦੋਂ ਦੀ ਮੈਂ ਸਬਜ਼ੀ ਲਈ ਹੈ ਪਿੰਡ 'ਚ ਬਹੁਤ ਘੱਟ ਕਰਦਾ, ਕਿਉਂਕਿ ਮੈਨੂੰ ਖੁਸ਼ੀ ਇੱਥੇ ਆਪਦੇ ਵਾਹਣ 'ਚ ਕੰਮ ਕਰਕੇ ਮਿਲਦੀ ਹੈ। ਜਦੋਂ ਮੈਂ ਸਬਜ਼ੀ ਵੇਚ ਕੇ ਘਰ ਆਉਣਾ, ਮੈਂ ਸੁਬਹ ਨਾ 10 ਵਜੇ ਬਈ ਵਾਪਸ ਆ ਜਾਂਦਾ, 10 ਵਜੇ ਤੋਂ ਬਾਅਦ ਮੈਂ ਕੰਮ ਹੋਵੇ ਜਾਂ ਨਾ ਹੋਵੇ ਖੇਤ 'ਚ ਹੀ ਬਸ ਟੂਚਾ ਟਾਚੀ ਕਰੀ ਜਾਂਦਾ ਰਹਿੰਦਾ ਬਈ, ਕਿਤੇ ਕਿਤੇ ਤੇ ਮੁੜ ਕੇ ਲੱਗਿਆ ਰਹਿੰਦਾ। ਹਾਂ ਜੀ, ਲੱਗਿਆ ਰਹਿੰਦਾ। ਹੁਣ 4 ਵਜੇ ਅਸੀਂ ਫਿਰ ਬਈ ਇੱਥੋਂ ਚੱਪਲ ਟਿੰਡੇ ਤੋੜਨ ਲੱਗ ਜਾਂਗੇ, ਮੁੜ ਕੇ ਮੈਂ 7 ਵਜੇ ਆਊਂਗਾ ਵਾਪਸ ਬਈ, 7, 7:30 ਮੈਨੂੰ ਹੋ ਜਾਂਦਾ ਹੈ ਨਾ। ਉਦੋਂ ਅਗਲੇ ਦਿਨ ਫਿਰ ਉਹੀ ਸ਼ਡਿਊਲ ਬਈ। ਅਤੇ ਬਈ ਜਿਵੇਂ ਗੱਲ ਕਰ ਲਈਏ ਹੈ ਨਾ, ਜ਼ਿਆਦਾਤਰ ਵੇਖਦੇ ਹਾਂ ਆਪਾਂ, ਆਖ ਦਿੰਦੇ ਹਾਂ ਸਬਜ਼ੀ ਫੇਲ ਹੋ ਜਾਂਦੀ ਹੈ, ਇਹਨੂੰ ਪ੍ਰੋਫਿਟ ਵਾਲਾ ਫਿਰ ਕਿਵੇਂ ਬਣਾ ਲਿਆ ਤੁਸੀਂ? ਫੇਲ ਬਈ ਕਈ ਕਿਸਾਨ ਫੇਲ ਵੀ ਹੋਏ ਆ, ਪਹਿਲੇ ਸਾਲ ਅਣਜਾਣ ਬੰਦਾ ਫੇਲ ਵੀ ਹੁੰਦਾ ਬਈ, ਪਰ ਫੇਲ ਬੰਦਾ ਉਦੋਂ ਹੁੰਦਾ ਜਿਹੜੀ ਕੰਮ ਇਹ ਬਈ ਸਬਜ਼ੀ ਹੈ ਨਾ ਬਈ, ਇਹ ਹਾਜ਼ਰੀ ਭਾਲਦੀ ਹੈ। ਇਹ ਕਣਕ ਨੂੰ ਤਾਂ ਹੈ ਨਹੀਂ ਬਈ ਬੀਜਤੀ, ਮੁੜ ਕੇ ਮਹੀਨੇ ਬਾਅਦ ਕੋਰ ਭਿਆਵਾਂਗੇ ਤੇ ਆਪਾਂ ਮੇਲੇ ਦਰਸ਼ਨ ਕਰਦੇ ਫਿਰ ਗਏ, ਉਹ ਕੰਮ ਹੈ ਨਹੀਂ ਸਬਜ਼ੀ 'ਚ ਬਈ। ਜਿਹੜਾ ਬੰਦਾ ਪ੍ਰੋਪਰ ਹਾਜ਼ਰੀ ਲਾਊਗਾ ਬਈ ਸਬਜ਼ੀ ਦੇ ਵਿੱਚ, ਉਹ ਫੇਲ ਨਹੀਂ ਹੁੰਦਾ। ਫੇਲ ਉਹੀ ਕਿਸਾਨ ਹੋਏ ਆ ਬਈ ਜਿਨ੍ਹਾਂ ਨੇ ਹਾਜ਼ਰੀ ਨਹੀਂ ਲਾਈ, ਸਬਜ਼ੀ ਬੀਜ ਕੇ ਛੱਡਤੀ, ਮੁੜ ਕੇ ਹਫ਼ਤਾ ਹਫ਼ਤਾ ਖੇਚ ਨਹੀਂ ਆਏ, ਉਹਨਾਂ ਨੂੰ ਨੁਕਸਾਨ ਹੋਇਆ ਬਈ। ਤੇ ਮਲਟੀਪਲ ਫਿਰ ਵਰਾਇਟੀਜ਼ ਬਾਈ ਜਿਹੜੀਆਂ ਤੁਸੀਂ ਫਿਰ ਇੱਕ ਆ ਜੇ ਫਿਰ ਦੂਜੀ ਆ ਜੇ, ਇਸ ਤਰੀਕੇ ਨਾਲ ਹੀ ਸਾਰਾ? ਹਾਂ ਬਈ, ਇਹਦੇ 'ਚ ਮੇਰਾ ਬਹੁਤ ਵੱਡਾ ਤਜਰਬਾ ਬਈ। ਕਈ ਕਿਸਾਨ ਫੇਲ ਇਸ ਕਰਕੇ ਵੀ ਹੋਇਆ ਕਿਉਂਕਿ ਘੱਟ ਸਬਜ਼ੀਆਂ ਬੀਜਦੇ, ਜਿਵੇਂ ਪਿਛਲੇ ਸਾਲ ਵੀ ਸ਼ਿਮਲਾ ਮਿਰਚ ਦਾ ਰੇਟ ਨਹੀਂ ਆਇਆ ਸੀ, ਸ਼ਿਮਲਾ ਮਿਰਚ ਵਾਲੇ ਕਿਸਾਨ ਬਹੁਤ ਕਿਸਾਰਾ ਝੱਲਿਆ, ਪਰ ਉਦੋਂ ਸਾਡੇ ਕੋਲ ਸ਼ਿਮਲਾ ਮਿਰਚ ਵੀ ਸੀਗੀ ਤੇ ਨਾਲ ਬਈ ਸਾਡੇ ਕੋਲੇ ਆਹ ਆਲੂ ਸੀ, ਕੱਦੂ ਸੀ, ਮਟਰ ਸੀਗੇ। ਸਾਡੀ ਸ਼ਿਮਲਾ ਮਿਰਚ ਜੇ ਘੱਟ ਰੇਟ 'ਚ ਜਾਂਦੀ ਤਾਂ ਸਾਡੀ ਦੂਜੀ ਸਬਜ਼ੀ ਫੁੱਲ ਰੇਟ 'ਚ ਜਾਂਦੀ, ਸਾਨੂੰ ਮਹਿਸੂਸ ਨਹੀਂ ਹੋਇਆ। ਇਸੇ ਚੱਕਰ ਦੇ ਵਿੱਚ ਮੈਂ 1 ਕਿੱਲੇ ਦੇ ਵਿੱਚ ਘੱਟੋ ਘੱਟ 7-8 ਵਰਾਇਟੀਆਂ ਲਾਉਣਾ ਹੁੰਦਾ ਬਈ। ਇੱਕ ਤਾਂ ਮੈਂ ਖੁਦ ਸੇਲ ਕਰਦਾ, ਇੱਕ ਮੈਨੂੰ ਜੇ ਕੋਈ ਇੱਕ ਅੱਧੀ ਫਸਲ ਬਈ ਨੁਕਸਾਨ ਵੀ ਕਰਕੇ ਆਉਂਦੀ ਹੈ ਤਾਂ ਦੂਜੀ ਪੂਰਾ ਕਰ ਜਾਂਦੀ ਹੈ ਬਈ। ਤੁਲਨਾ ਜੇ ਔਸਤ ਅੰਦਾਜ਼ਾ ਕੱਢਾਂਗੇ ਆਪਣੀ ਔਸਤ ਅੰਦਾਜ਼ਾ, ਉਹੀ 3 ਲੱਖ ਰਹਿੰਦੀ ਹੈ। ਤੇ ਬਈ ਇਹ ਔਰਗੈਨਿਕ ਕਰਦੇ ਹੋ ਕਿ ਨਾਲ ਦੂਜੀ ਵੀ ਹੈਗੀ ਹੈ? ਬਈ ਆਪਣੇ ਕੋਲ ਕੈਮੀਕਲ ਵੀ ਹੈ ਤੇ ਔਰਗੈਨਿਕ ਵੀ ਹੈ, ਜਿਹੜੀਆਂ ਆਹ ਪਿੱਛੇ ਬਈ ਆਪਣੀਆਂ ਚਾਰ ਕਨਾਲਾਂ, ਇਹ ਆਪਣੀ ਔਰਗੈਨਿਕ, ਇੱਧਰ ਆਪਣੀ ਕੈਮੀਕਲ। ਕਿਉਂਕਿ ਬਈ ਇਹਦੇ ਵਿੱਚ 2 ਕਾਰਨ ਆ, ਕਈ ਲੋਕ ਔਰਗੈਨਿਕ ਪਸੰਦ ਕਰਦੇ, ਕਈ ਲੋਕ ਕੈਮੀਕਲ ਵਾਲੀ ਪਸੰਦ ਕਰਦੇ ਆ। ਜਿਹੜਾ ਲੋਕ ਜਿਹੜੀ ਪਸੰਦ ਕਰਦਾ ਆਪਾਂ ਉੱਥੇ ਉਸ ਹਿਸਾਬ ਨਾਲ ਸਬਜ਼ੀ ਲੈ ਕੇ ਜਾਂਦੇ ਹਾਂ। ਜਿਵੇਂ ਹੁਣ ਮੈਂ ਸ਼ਹਿਰਾਂ ਦੇ ਵਿੱਚ ਬਈ ਬਠਿੰਡੇ ਲੈ ਕੇ ਜਾਂਦਾ ਜਾਂ ਭਿੱਸੀਆਂ ਨੇ ਫੌਜੀਆਂ ਕੋਲ ਲੈ ਕੇ ਜਾਂਦਾ, ਉੱਥੇ ਮੈਂ ਔਰਗੈਨਿਕ ਹੀ ਲੈ ਕੇ ਜਾਂਦਾ। ਕਿਉਂਕਿ ਔਰਗੈਨਿਕ ਦਾ ਬਈ 2 ਹੀ ਲੋਕ ਮੁੱਲ ਪਾਉਂਦੇ ਆ, ਜਾਂ ਤਾਂ ਸ਼ਹਿਰੀ ਲੋਕ ਮੁੱਲ ਪਾਉਂਦੇ ਆ ਤੇ ਜਾਂ ਫੌਜੀ ਲੋਕ ਮੁੱਲ ਪਾਉਂਦੇ ਆ। ਪੇਂਡੂ ਔਰਗੈਨਿਕ ਨੂੰ, ਪੇਂਡੂ ਨਾਲ ਕੋਈ ਮਤਲਬ ਨਹੀਂ, ਔਰਗੈਨਿਕ ਨਾਲ ਕੋਈ ਮਤਲਬ ਨਹੀਂ ਪੇਂਡੂਆਂ ਨੂੰ ਬਈ, ਉਹਨਾਂ ਨੂੰ ਸਬਜ਼ੀ ਮਿਲਣੀ ਚਾਹੀਦੀ, ਚਿੱਟੀ ਦੁੱਧ ਵਰਗੀ ਹੋਵੇ, ਭਾਵੇਂ ਜ਼ਹਿਰ ਹੀ ਹੋਵੇ। ਭਲਾਂ ਦੀ ਜ਼ਹਿਰ ਚਮਚਾ ਭਰ ਕੇ ਜ਼ਹਿਰ ਦਾ ਗੋਭੀ ਦੇ ਫੁੱਲ 'ਚ ਪਾ ਦਿਓ, ਚਿੱਟਾ ਹੋਣਾ ਚਾਹੀਦਾ, ਉਹਨਾਂ ਨੂੰ ਫੜਾ ਦਿਓ, ਬੜੇ ਹੱਸ ਕੇ ਲੈਣਗੇ। ਦੂਜੇ ਪਾਸੇ ਔਰਗੈਨਿਕ ਥੋੜ੍ਹਾ ਜਿਹਾ ਪੀਲੇਪਣ 'ਚ ਫੁੱਲ ਰੱਖੋਗੇ, ਉਹਨੂੰ ਖਰੀਦਦੇ ਨਹੀਂਗੇ ਬਈ। ਤੇ ਜਿਹੜਾ ਬਈ ਹੁਣ ਆਹ ਵੈਂਗਣੀ ਆ ਬਈ, ਵੈਂਗ ਜਿਹੜੇ ਲੋਕ ਵੈਂਗਣੀ ਦੀ ਖੇਤੀ ਕਰਦੇ ਉਹ
ਭਰੀ ਪੀਤ ਜਾਣਦੇ ਆ ਬਈ ਵੀ ਕਾਣੀ ਹੁੰਦੀ ਹੁੰਦੀ ਆ। ਮੈਂ ਲੈ ਕੇ ਆਉਂਦਾ ਵੈਂਗਣੀ ਬਈ, ਉੱਥੇ ਫੌਜੀ ਨਾ ਜਿਹੜਾ ਪੀਸ ਕਾਣਾ ਜ਼ਿਆਦਾਤਰ ਉਹ ਚੱਕਦੇ ਆ। ਉਹਦਾ ਇੱਕ ਕਾਰਨ ਆ ਬਈ, ਫੌਜੀ ਲੋਕਾਂ ਦਾ ਕਹਿਣਾ ਇਹ ਜਿਹੜਾ ਪੀਸ ਕਾਣਾ ਬਈ ਉਹ 'ਚ ਰੇਹ ਘੱਟ ਹੋਊਗੀ, ਸਪਰੇ ਘੱਟ ਹੋਊਗੀ, ਜਿਹੜੇ ਫਲ ਨੇ ਕੀੜੇ ਨੂੰ ਨਹੀਂ ਮਾਰਿਆ ਬਈ ਉਹ ਸਾਨੂੰ ਨਹੀਂ ਮਾਰਦਾ, ਉਹ ਕੀੜੇ ਵਾਲਾ ਪਾਸਾ ਕੱਟ ਕੇ ਸਿੱਟ ਦਿੰਦੇ, ਤਾਜ਼ਾ ਪਾਸਾ ਉਹ ਵੱਢ ਕੇ ਆਪਦਾ ਧਰ ਲੈਂਦੇ ਆ ਬਈ। ਆਪਣੇ ਲੋਕਾਂ ਦਾ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਸਾਫ਼ ਮਿਲ ਜੇ, ਕਾਣੀ ਨਾ ਮਿਲੇ, ਭੂਰਾ ਵੀ ਅਤੇ ਪਲਾਂ ਦੀ ਜ਼ਹਿਰ ਹੀ ਮਿਲ ਜੇ। ਵੈਂਗਣੀ ਬਈ ਇਹ ਹੈਗੀ ਸਪਰੇ ਦੀ ਖੇਤੀ, ਘੱਟ ਸਪਰੇ ਕਰਾਂਗੇ ਕਾਣੀ ਹੋ ਜੂਗੀ, ਨਹੀਂ ਜੇ ਨਹੀਂ ਸਪਰੇ ਕਰਦੇ ਤਾਂ ਇਹ ਕਾਣੀ ਹੋ ਜਾਂਦੀ ਹੈ। ਅਤੇ ਲੋਕ ਕਹਿੰਦੇ ਵੀ ਸਾਨੂੰ ਬਿਨਾਂ ਕਾਣੀ ਚਾਹੀਦੀ ਹੈ, ਉਵੇਂ ਚਾਹੀਦੀ ਹੈ, ਹਾਂ ਜ਼ਹਿਰ ਵਾਲੀ ਚਾਹੀਦੀ ਹੈ, ਲਿਸ਼ਕ ਦੀ ਚਾਹੀਦੀ ਹੈ। ਹੁਣ ਬਾਹਰ ਜ਼ਿਆਦਾਤਰ ਬਈ ਮਾਰਕੀਟਿੰਗ ਦੇ ਵਿੱਚ ਨਾ ਬੜੇ ਬੜੇ ਪ੍ਰੋਡਕਟ ਆਈ ਜਾਂਦੇ ਜਿਹੜੇ 2-3 ਮਹੀਨਿਆਂ ਦੀ ਸਬਜ਼ੀ ਵੀ ਤਾਜ਼ੀ ਕਰ ਦਿੰਦੇ ਆ, ਪਰ ਇਸ ਚੀਜ਼ ਤੋਂ ਮੇਰਾ ਪਰਹੇਜ਼ ਆ ਬਈ, ਕਿਉਂਕਿ ਮੈਂ ਖੁਦ ਜਵਾਕਾਂ ਚੱਲਿਆ ਨਾ ਬਈ, ਮੈਂ ਹੱਦੋਂ ਵੱਧ ਵੀ ਬਈ ਜ਼ਹਿਰ ਨਹੀਂ ਪਾਉਂਦਾ ਕਿਸੇ ਦੇ, ਕਿਉਂਕਿ ਜਵਾਕਾਂ ਨੇ ਖਾਂਦਾ, ਜਿਹੜੇ ਵਾਹਣ 'ਚ ਮੈਂ ਬਈ ਸਬਜ਼ੀ ਲੋਕਾਂ ਨੂੰ ਦਿੰਦਾ ਉਸੇ ਵਾਹਣ 'ਚ ਮੈਂ ਆਪ ਖਾਂਦਾ। ਬਈ ਇਹ ਤਜਰਬਾ ਕਿਵੇਂ ਰਿਹਾ, ਜਿਵੇਂ ਉੱਥੋਂ ਦਾ ਸੀਗਾ ਉੱਥੇ ਵੀ ਜਿਵੇਂ ਫਾਰਮਿੰਗ 'ਚ ਤੁਸੀਂ ਦੇਖਿਆ ਹੋਣਾ ਵੀ ਉੱਥੇ ਐਂ ਕਰਦੇ ਵੇਖਿਆ ਹੋਣਾ, ਹੈ ਨਾ? ਹਾਂ ਬਈ, ਇੱਥੇ ਵੀ ਤੁਸੀਂ ਉਹ ਕਲਟੀਵੇਟ ਕਰਕੇ ਵੇਖਿਆ ਹੋਣਾ ਉਸ ਤਰੀਕੇ ਨੂੰ ਵੀ, ਆਪਾਂ ਵੀ ਤਜਰਬੇ ਨੂੰ ਉਸ ਤਰੀਕੇ ਨੇ ਇੱਥੇ ਕੀ ਫਰਕ ਰਿਹਾ ਉੱਧਰ ਅਤੇ ਇੱਧਰਲਾ? ਬਈ ਉੱਥੇ ਸਹੂਲਤਾਂ ਜੇ ਆਪਾਂ ਬਾਹਰਲੇ ਮੁਲਕ ਦੇ ਮੁਤਾਬਕ ਕਰੀਏ ਉਹ ਖਰਚਾ ਜ਼ਿਆਦਾ ਕਰਦੇ ਆ, ਉੱਥੇ ਸਹੂਲਤਾਂ ਥੋੜ੍ਹੀਆਂ ਜ਼ਿਆਦਾ ਆਪਣੇ ਨਾਲ, ਇਹ ਫਰਕ ਹੈਗਾ ਬਈ। ਅਤੇ ਪਰ ਇੱਥੇ ਵੀ ਸਹੂਲਤਾਂ ਹੈਗੀਆਂ ਬਈ, ਆਪਾਂ ਜੋ ਖਰਚੇ 'ਤੇ ਲੈ ਕੇ ਆਵਾਂਗੇ ਤਾਂ ਸਹੂਲਤਾਂ ਫੁੱਲ ਹੁੰਦੀਆਂ। ਗੱਲ ਕਰੇ ਇੱਥੇ ਥੋੜ੍ਹਾ ਸਰਕਾਰਾਂ ਸਾਥ ਨਹੀਂ ਦਿੰਦੀਆਂ, ਉੱਥੇ ਸਬਸਿਡੀਆਂ ਬਾਹਲੀਆਂ ਬਈ, ਜੇ ਤੂੰ ਸਰਕਾਰ ਵੱਲੋਂ ਕੋਈ ਸਮਾਨ ਲਏਗਾ ਉਹ ਸਬਸਿਡੀਆਂ ਬਈ। ਇੱਥੇ ਜਿਹੜਾ ਆਪਣਾ ਪੰਜਾਬ ਦਾ ਇੰਡੀਆ ਦਾ ਸਿਸਟਮ ਆ ਨਾ ਬਈ, ਇਹ 'ਚ ਵੱਡੇ ਲੋਕ ਜਿਹੜੇ ਸਬਜ਼ੀ ਬੀਜਦੇ ਨੇ ਉਹ ਸਬਜ਼ੀ ਵਾਲੀਆਂ ਸਹੂਲਤਾਂ ਲੈ ਜਾਂਦੇ ਆ। ਅੱਛਾ, ਵੱਡੇ ਲੋਕ ਬਈ, ਜਿਹੜਾ ਕਿਸਾਨ ਛੋਟਾ ਜਿਵੇਂ ਮੇਰੇ ਵਰਗਾ ਛੋਟਾ ਕਿਸਾਨ ਆ ਬਈ, ਅਤੇ ਮੇਰੇ ਵਰਗੇ ਕਿਸਾਨ ਨੂੰ ਇੱਥੇ ਸਹੂਲਤਾਂ ਨਹੀਂ ਮਿਲਦੀਆਂ, ਤਾਂ ਕਰਕੇ ਉਹ ਇੱਥੇ ਜ਼ਿਆਦਾ ਔਖਾ ਹੁੰਦਾ ਥੋੜ੍ਹਾ ਜਿਹਾ। ਅਤੇ ਬਈ ਇਨਕਮ ਦੀ ਗੱਲ ਕਰ ਲਈਏ, ਹੈ ਨਾ, ਇਹ ਕੁੱਲ ਮਿਲਾ ਕੇ ਸਾਰੇ 'ਚੋਂ ਜਿਵੇਂ ਕਿੰਨੀ ਕੁ ਹੋ ਜਾਂਦੀ, ਪਹਿਲੇ ਸਾਲ ਕਿੰਨੀ ਰਹੀ ਅਤੇ ਉਦੋਂ ਬਾਅਦ ਫਿਰ ਕਿੰਨਾ ਕਿੰਨਾ? ਹੌਲੀ ਹੌਲੀ ਬਈ ਤਜਰਬਾ ਵੱਧਦਾ ਜਾਂਦਾ, ਹੌਲੀ ਹੌਲੀ ਇਨਕਮ ਵੀ ਵੱਧਦੀ ਜਾਂਦੀ ਹੈ ਬਈ। ਪਹਿਲੇ ਸਾਲ ਘੱਟ ਸੀ, ਹੁਣ ਮੈਨੂੰ ਥੋੜ੍ਹਾ ਜਿਹਾ ਤਜਰਬਾ ਬਹੁਤ ਹੈਗਾ, ਹੁਣ ਵਧੀਆ ਹੋ ਰਹੀ ਹੈ ਬਈ। ਹਾਂ, ਬਸ ਇਹਦੇ 'ਚ ਦੋ ਕਾਰਨ ਹੁੰਦੇ, ਬਸ ਕੁਦਰਤੀ ਆਫਤ ਨਾ ਪਵੇ ਬਈ, ਫਿਰ ਕਣਕ ਝੋਨੇ ਨਾਲੋਂ ਪੈਸਾ ਜ਼ਿਆਦਾ ਆ ਸਬਜ਼ੀ 'ਚ। ਕਣਕ ਝੋਨਾ ਵੱਧ ਤੋਂ ਵੱਧ ਚੰਗੀ ਤੋਂ ਚੰਗੀ ਫਸਲ 1.5 ਲੱਖ ਤੋਂ ਪਲੱਸ ਨਹੀਂ ਹੁੰਦੀ ਬਈ ਸਾਲ ਦੀ, ਸਬਜ਼ੀ ਬਈ 3 ਲੱਖ ਤੋਂ ਪਲੱਸ ਹੋ ਜਾਂਦੀ ਸਾਲ ਦੀ। ਕਈ ਵਾਰੀ ਕਹਿ ਦਿੰਦੇ ਆ ਵੀ 10 ਬਾਲਾ ਦਿੰਦੇ ਆ, ਹੈ ਨਾ, ਇਨਕਮ ਘੱਟ ਹੁੰਦੀ ਕਈ ਵਾਰ। ਹਾਂ ਬਈ, ਇਹਦੇ 'ਚ ਹੈਗਾ ਬਈ, ਹੁਣ ਕਈ ਆਖਦੇ ਆ ਮਤਲਬ ਕਿੱਲੇ ਦੇ ਵਿੱਚੋਂ ਆਪਾਂ 10-10 ਲੱਖ ਦੀ ਕੱਢ ਲਈਏ ਨਾ, ਉਸ ਇੰਨੀ ਤਾਂ ਨਹੀਂ ਨਿਕਲਦੀ, ਪਰ ਜਿਵੇਂ ਵਧੀਆ ਸਮਾਂ ਨਿਕਲਿਆ ਪਿਛਲੇ ਸਾਲ ਬਈ ਗੋਭੀ ਸੀ, ਹਾਂਜੀ, ਗੋਭੀ 25 ਰੁਪਏ ਹੋਲਸੇਲ 'ਤੇ ਵਿਕੀ ਆ ਬਈ, 2.5 ਲੱਖ ਤੋਂ 3 ਲੱਖ ਦੀ ਕਿੱਲੇ 'ਚੋਂ ਹੋਈ ਆ ਇਕੱਲੀ ਗੋਭੀ। ਇਕੱਲੀ ਗੋਭੀ ਬਈ 2.5 ਲੱਖ ਤੋਂ 3, ਆਪਣੀ ਤਾਂ ਗੋਭੀ ਮਰ ਗਈ ਸੀ ਬਈ ਪਹਿਲਾਂ, ਪਰ ਜਿਹੜੇ ਲੋਕਾਂ ਦੀ ਬਈ ਨਿਕਲੀ ਆ ਉਹ 2.5 ਲੱਖ ਤੋਂ 3 ਲੱਖ ਦੀ ਇੱਕ ਕਿੱਲੇ 'ਚੋਂ ਕੱਢੀ ਆ, 6 ਮਹੀਨੇ ਦੀ ਫਸਲ ਬਈ। ਜੇ ਸਾਲ ਉਹਨਾਂ ਨੇ ਮੁੜ ਕੇ ਬਾਅਦ 'ਚ ਕਣਕ ਬੀਜਤੀ ਆ ਬਈ, ਉੱਥੇ 40-40 ਹਜ਼ਾਰ ਦੀ, 30-30 ਹਜ਼ਾਰ ਦੀ ਕਣਕ ਵੀ ਕੱਢਣਗੇ ਕਿੱਲੇ 'ਚੋਂ ਬਈ। ਜਿਵੇਂ ਪਰਿਵਾਰ ਦੀ ਗੱਲ ਕਰੀਏ, ਹੈ ਨਾ, ਪਰਿਵਾਰ ਦਾ ਸਾਥ ਵੀ ਬੜਾ ਜ਼ਰੂਰੀ ਹੈ। ਹਾਂ ਬਈ, ਖੁਸ਼ਾ ਮੁੰਡੇ ਤੋਂ ਆਖਦੇ ਵੀ ਚੱਲ ਪਹਿਲਾਂ ਬਈ, ਪਹਿਲੇ ਸਾਲ ਨਹੀਂ ਖੁਸ਼ ਸੀਗੇ, ਪਹਿਲੇ ਸਾਲ ਉਹ ਕਹਿੰਦੇ ਸੀ ਵੀ ਵਧੀਆ ਕਣਕ ਝੋਨਾ ਹੁੰਦਾ ਹੈ, ਕਿਹੜੇ ਉਹ ਪੰਗਿਆਂ 'ਚ ਪੈ ਗਿਆ, ਹੈ ਨਾ, ਖੁਦ ਸਬਜ਼ੀ ਬੀਜਦਾ ਇੰਨਾ ਧੰਦ ਪੈਟਦਾ ਅਤੇ ਮੁੜ ਕੇ ਜਾ ਕੇ ਆਪ ਸੇਲ ਕਰਕੇ ਆਉਂਦਾ ਵੀ ਸਾਡਾ ਮੁੰਡਾ ਕਿਹੜੇ ਚੱਕਰਾਂ 'ਚ ਪੈ ਗਿਆ। ਪਹਿਲੇ ਸਾਲ ਨਹੀਂ ਸੀਗਾ ਬਈ, ਜਦੋਂ ਮੈਂ ਬੀਜਤੀ ਬਈ ਹੋ ਗਈ ਅਤੇ ਮੈਂ ਘਰੇ ਪੈਸਾ ਲਿਆ ਕੇ ਦਿੱਤਾ ਘਰਦਿਆਂ ਨੂੰ, ਫਿਰ ਪਤਾ ਲੱਗਿਆ ਵੀ ਹਾਂ ਵੀ ਵਾਕਈ ਬਈ ਕਮਾਈ ਜ਼ਿਆਦਾ ਆ। ਹੁਣ ਸਾਰਾ ਪਰਿਵਾਰ ਮੇਰੇ ਨਾਲ ਆ ਬਈ, ਪਹਿਲਾਂ ਅਸੀਂ 1 ਕਨਾਲ ਤੋਂ ਸ਼ੁਰੂ ਕੀਤਾ ਸੀ, ਹੁਣ ਸਾਡੇ ਕੋਲ 1.5 ਕਿਲੋ ਦਾ ਪੱਕੀ ਸਬਜ਼ੀ ਹੁੰਦੀ ਹੈ ਬਈ। ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਹੋਰ ਵਧੀਆ ਬਈ ਵਰਾਇਟੀ ਲੈ ਕੇ ਆ ਰਹੇ ਹਾਂ, ਜਿਹੜੀ ਡ੍ਰਿਪ ਸਿਸਟਮ 'ਤੇ ਕਰਾਂਗੇ, ਸਟ੍ਰਾਬੇਰੀ ਬਈ। ਭਾਈ ਇੱਕ ਚੀਜ਼ ਆਪਾਂ ਸਬਜ਼ੀ ਦੀ ਗੱਲ ਕਰ ਲਈਏ, ਹੈ ਨਾ, ਗੋਭੀ ਦੀ, ਤਾਂ ਗੋਭੀ 'ਚ ਕਹਿ ਦਿੰਦੇ ਆ ਵੀ ਰਸਾਇਣਿਕ ਖਾਦਾਂ ਬੜੀਆਂ ਪੈਂਦੀਆਂ। ਹਾਂ ਬਈ, ਕੋਈ ਵੀ ਆਖਦਾ ਵੀ ਇਹ ਜ਼ਹਿਰ। ਹਾਂ ਬਈ, ਬਈ ਗੋਭੀ ਦੇ ਵਿੱਚ ਐਂ ਬਈ ਜ਼ਹਿਰ ਪੈਂਦਾ। ਗੋਭੀ ਜਿਹੜੀ ਗਰਮੀ ਵਾਲੀ ਉਹ ਤਾਂ ਔਰਗੈਨਿਕ ਹੋ ਹੀ ਨਹੀਂ ਸਕਦੀ, ਕੋਈ ਮਰਜ਼ੀ ਵੱਖ ਕਹਿ ਲਏ ਬਈ ਵੀ ਗੋਭੀ ਔਰਗੈਨਿਕ ਲੈ ਕੇ ਆਉਣੀ ਗਰਮੀ ਵਾਲੀ। ਸਿਆਲ ਵਾਲੀ ਜ਼ਰੂਰ ਔਰਗੈਨਿਕ ਹੋ ਜਾਂਦੀ ਬਈ, ਬਿਨਾਂ ਰੇਹ ਸਪਰੇ ਤੋਂ ਸਿਆਲ ਵਾਲੀ ਹੋ ਜਾਂਦੀ ਹੈ। ਜਿਹੜੀ ਬਈ ਰੇਹ ਸਪਰੇ ਦੀ ਗੱਲ ਕਰੀਏ,
ਗੋਭੀ ਦੇ ਵਿੱਚ ਕਣਕ ਝੋਨੇ ਜਿੰਨੀ ਬਈ ਰੇਹ ਸਪਰੇ ਪੈਂਦੀ ਹੈ, ਜਿੰਨਾ ਕੁ ਆਪਾਂ ਕਣਕ ਝੋਨੇ 'ਚ ਪਾਉਣੇ, ਜਿਵੇਂ ਯੂਰੀਆ ਦੀ ਗੱਲ ਕਰੀਏ 4 ਕੁ ਗੱਟੇ ਪੈਂਦੇ ਆ ਬਈ ਯੂਰੀਆ ਦੇ, ਲੋਕ ਵੱਖ ਅੱਖੀਆਂ ਨੂੰ 8-8 ਪੈਂਦੇ, 10-10 ਪੈਂਦੇ, ਨਹੀਂ 4 ਕੁ ਗੱਟੇ ਕੋਈ ਵਿਰਲਾ ਕਿਸਾਨ 4.5 ਪਾ ਦਿੰਦਾ, 4 ਪਾ ਦਿੰਦਾ, ਬਸ ਇਹ ਔਸਤ ਅੰਦਾਜ਼ਾ ਰਹਿੰਦਾ ਬਈ। ਕੋਈ ਬਈ ਉੱਧਰਲਾ ਕੋਈ ਇਹੋ ਜਿਹਾ ਤਜਰਬਾ ਜਿਹਨੇ ਐਂ ਕਰਤਾ ਹੋਵੇ ਵੀ, ਹੈ ਨਾ, ਟਰਨਿੰਗ ਪੁਆਇੰਟ ਹੁੰਦਾ ਕੋਈ ਨਾ ਕੋਈ ਜ਼ਿੰਦਗੀ 'ਚ ਵੀ ਯਾਰ ਉੱਥੇ ਮੁੜਨਾ ਹੀ ਆ, ਮੈਂ ਉੱਥੋਂ ਜਾ ਕੇ ਅਤੇ ਆਹ ਕੰਮ ਮੈਂ ਆਪ ਕਰਨਾ, ਕੋਈ ਇਹੋ ਜਿਹਾ ਉਦੋਂ ਸੋਚਿਆ ਵੀ ਉੱਥੇ ਬਈ ਉੱਥੇ ਨਾ? ਹਾਂ ਬਈ ਇਹ ਤਜਰਬਾ ਉੱਥੇ ਨਾ ਬਈ ਅਸੀਂ ਜਦੋਂ ਡਿਲੀਵਰੀ ਦਾ ਕੰਮ ਕਰਦੇ ਵੀ ਉੱਥੇ ਵੇਚਣ ਦਾ ਕੰਮ ਕਰਦੇ, ਜਿਵੇਂ ਸਟ੍ਰਾਬੇਰੀ ਵੇਚਣ ਦਾ ਕੰਮ ਕਰਦੇ ਹਾਂ, ਉੱਥੇ ਨਾ ਜ਼ਿਆਦਾ ਸਿੰਗਾਪੁਰ ਵਿੱਚ ਕੀਵੀ ਦਾ ਫਲ ਜ਼ਿਆਦਾ ਆ ਬਈ। ਹਾਂਜੀ, ਇਹ ਕੀਵੀ ਦਾ ਫਲ ਸੇਲ ਕਰਦੇ ਹੁੰਦੇ ਸੀ ਬਈ, ਜਦੋਂ ਸੇਲ ਕਰਦੇ ਹੁੰਦੇ ਸੀ ਬਈ ਉੱਥੇ ਪੈਸੇ ਅਸੀਂ ਵੱਟਣੇ, ਵੱਟ ਕੇ ਬਈ ਥੱਬਾ ਪੈਸਿਆਂ ਦਾ ਜਾ ਕੇ ਅਸੀਂ ਆਪਦੇ ਫੋਰਮੈਨ ਨੂੰ ਦੇ ਦੇਣਾ। ਅੱਛਾ, ਦੇ ਦੇਣਾ ਬਈ, ਅਤੇ ਉਹਨੇ ਸਾਨੂੰ, ਅਸੀਂ ਬਈ $400-400 ਦੀ ਡੇਲੀ ਸੇਲ ਕਰਦੇ ਸੀ, ਉਹਨੇ ਸਾਨੂੰ ਵਿੱਚੋਂ $30 ਦੇਣੇ ਬਈ, ਦਿਹਾੜੀ ਸਾਡੀ $30 ਦੀ ਸੀਗੀ, $400 ਦੇ ਵਿੱਚੋਂ $30 ਸਾਨੂੰ ਮਿਲਣੇ, ਬਾਕੀ ਉਹਨੇ ਰੱਖਣਾ। ਅਸੀਂ ਬੜਾ ਬਈ ਦੁਖੀ ਹੋਣਾ ਵੀ ਨਹੀਂ ਯਾਰ ਇੱਥੇ ਨਹੀਂ ਕੰਮ ਕਰਨਾ, ਵੀ ਆਪਾਂ ਤਾਂ ਕਿਸੇ ਨੂੰ ਕਮਾਈ ਕਰਕੇ ਦੇਈ ਜਾਂਦੇ ਹਾਂ ਨਾ, ਜਾਵਾਂਗੇ ਆਪਦੇ ਖੇਤਾਂ 'ਚ ਕੰਮ ਕਰਾਂਗੇ, ਉੱਥੇ ਦਬਕੇ ਮਾਰਦੇ ਸੀ, ਉਦੋਂ ਦੁੱਖ ਲੱਗਦਾ ਸੀਗਾ ਬਈ, ਜਦੋਂ ਸੈਲਰੀ ਆਉਂਦੀ ਸੀ ਉਦੋਂ ਫਿਰ ਭੁੱਲ ਜਾਈਦਾ ਸੀ, ਚੱਲ ਵੀ ਪੈਸੇ ਪੂਰੇ ਕਰਾਂਗੇ ਯਾਰ, ਸਾਲ ਹੋਰ ਲੱਗ ਗਿਆ, ਐਂ ਕਰਦੇ ਕਰਦੇ ਨੇ 4-5 ਸਾਲ ਲਾ ਲਏ ਬਈ। ਪਰ ਜਦੋਂ ਮੈਂ ਕਹਿਣਾ ਇੱਥੇ ਆ ਕੇ ਵੀ ਹੁਣ ਸਬਜ਼ੀ ਲੈਣ 'ਚ ਪੈ ਗਿਆ, ਹੁਣ ਨਹੀਂ ਜੀ ਕਰਦਾ ਜਾਣ ਨੂੰ। ਜਦੋਂ ਬਈ ਤੁਸੀਂ ਸਬਜ਼ੀ ਲੈ ਕੇ ਜਾਂਦੇ ਹੋ ਨਾ, ਰੇਹੜੀ 'ਤੇ ਖੜ੍ਹੇ ਹੁੰਦੇ ਹੋ, ਕੋਈ ਉੱਥੇ ਵੀ ਇਹੋ ਜਿਹਾ ਕਿਸੇ ਨੇ ਮਜ਼ਾਕ ਕੀਤਾ ਹੋਵੇ ਜਾਂ ਕੋਈ ਇਹੋ ਜਿਹਾ ਹੋਵੇ ਕਿੱਸਾ? ਹਾਂ ਬਈ, ਲੋਕ ਨਾ, ਲੋਕਾਂ ਦੀ ਇਹ ਭਾਵਨਾ ਹੁੰਦੀ ਹੈ, ਲੋਕ ਮਿਹਨਤ ਕਰਦਾ ਘੱਟ ਵੇਂਦੇ, ਕਮਾਈ ਕਰਦਾ ਜ਼ਿਆਦਾ ਵੇਂਦੇ ਹੁੰਦੇ, ਮਤਲਬ ਇਹਦੀ ਇੰਨੀ ਕਮਾਈ ਹੋ ਗਈ ਨਾ। ਪਰ ਲੋਕਾਂ ਦਾ ਇਹ ਹੁੰਦਾ ਯਾਰ, ਆਪਣੇ ਨਾ ਬਈ ਵਿਹਲੜ ਪੁਣਾ ਬਾਹਲਾ ਨਜਾਇਜ਼ ਹੀ ਆ ਪੰਜਾਬ ਦੇ ਵਿੱਚ, ਬੇਰੁਜ਼ਗਾਰੀ ਹੈ ਨੀਗੀ, ਆਪਾਂ ਬੇਰੁਜ਼ਗਾਰੀ ਨਹੀਂ ਕਹਿ ਸਕਦੇ, ਕੰਮ ਆਪਣੇ ਬਹੁਤ ਆ, ਜੇ ਕੰਮ ਨਾ ਹੋਵੇ ਫਿਰ ਬਾਹਰ ਦੇ ਬਿਹਾਰ ਦੇ ਯੂਪੀ ਬਈ ਇੱਥੇ ਕਾਹਤੋਂ ਆਉਣਾ, ਉਹਨੇ ਤੇ ਕਨੇਡਾ ਬਈ, ਤੇ ਸਾਡੇ ਲੋਕ ਕੰਮ ਨਹੀਂ ਕਰਦੇ, ਤੇ ਲੋਕ ਨਾ ਬਈ ਮੈਨੂੰ ਵੇਖ ਕੇ ਹੱਸਦੇ ਤਾਂ ਜ਼ਰੂਰ ਹੈਗੇ ਆ ਵੀ ਯਾਰ ਜ਼ਿਮੀਂਦਾਰਾਂ ਦਾ ਮੁੰਡਾ ਹੈ ਨਾ, ਟੋਕਰੀ ਲੈ ਕੇ ਉੱਥੇ ਅੱਡੇ 'ਤੇ ਖੜਾ ਰਹਿੰਦਾ, ਜਾਂ ਉੱਥੇ ਪਲੇਟਫਾਰਮ, ਮਤਲਬ ਮੇਰਾ ਇੱਥੇ ਭਲਾਈਆਂ ਨੇ ਅੱਡੇ 'ਤੇ ਜਾ ਕੇ ਇਹ ਵੇਚਦਾ ਹੈ ਨਾ, ਲੋਕ ਜਦੋਂ ਮੈਂ ਜਾਂਦਾ ਹੁੰਦਾ, ਮੈਂ ਸੁਬਹਾ ਵੀ 6 ਵਜੇ ਟੱਪ ਜਾਂਦਾ, ਮਤਲਬ 6 ਵਜੇ ਨਾ ਧੁੰਦ ਹੁੰਦੀ ਆ ਪੂਰੀ, ਅਤੇ ਹਨੇਰਾ ਵੀ ਹੁੰਦਾ, ਕਿਉਂਕਿ ਹੁਣ ਅਸੀਂ ਸੁਬਹ ਵਾਲੀ ਸਬਜ਼ੀ ਸ਼ਾਮ ਨੂੰ ਤੋੜ ਕੇ ਰੱਖ ਦਿੰਦੇ ਹਾਂ, ਅਤੇ 7 ਵਜੇ ਮੈਂ ਆਪਦਾ ਅੱਡੇ 'ਤੇ ਜਾ ਵੜਦਾ ਆਪਦੇ 'ਤੇ, ਲੋਕ ਬੈਠੇ ਹੁੰਦੇ ਬਈ ਧੂਣੀਆਂ ਪਾ ਕੇ, ਅਤੇ ਦੇਖਦੇ ਆ ਹੱਸਦੇ ਆ ਥੋੜ੍ਹਾ ਜਿਹਾ ਵੀ ਇਹ ਚੱਲਿਆ ਹੈ ਨਾ, ਪਰ ਬਈ ਮੈਨੂੰ ਵਧੀਆ ਕਮਾਈ ਆ, ਮੈਂ ਹੁਣ ਬਈ ਅੱਜ ਦੇ ਟਾਈਮ ਦੇ ਵਿੱਚ 4,000 ਦੀ ਸਬਜ਼ੀ ਸੇਲ ਡੇਲੀ ਦੀ ਕਰ ਦਿੰਦਾ, ਬਹੁਤ ਵਧੀਆ ਬਈ ਨਜ਼ਾਰਾ ਵਜਾ, 1,20,000 ਰੁਪਇਆ ਜਾਣੀ ਕਿ ਵੱਜਮਾ ਆ ਜਾਂਦਾ। ਹਾਂ, ਵੱਜਮਾ ਆ ਜਾਂਦਾ ਬਈ, ਆਪ ਮਾਲਕ ਹਾਂ, ਇਹਦਾ ਹੁਣ ਐਂ ਹੁੰਦਾ, ਮਤਲਬ ਹੁਣ ਟਿੰਡੇ ਆ ਬਈ ਮੇਰੇ ਆਹ 4 ਕਿਲੋ, ਜੇ ਆਪਾਂ ਕਹਿ ਦਈਏ ਵੀ 4,000 ਮੈਂ ਡੇਲੀ ਸੇਲ ਕਰਦਾ, ਨਹੀਂ, ਹੁਣ ਜੇ ਮੇਰੇ ਨਾਲ 4 ਕਿਲੋ ਟਿੰਡੇ ਆ ਬਈ, ਇਹਦੇ ਵਿੱਚੋਂ ਮੈਂ ਬਈ 80,000 ਦੇ ਸੇਲ ਕਰ ਦੂੰਗਾ, 4 ਕਿਲੋਆਂ ਦੇ ਵਿੱਚੋਂ 80,000 ਦੇ ਸੇਲ ਕਰ ਦੂੰਗਾ ਮੈਂ 2 ਮਹੀਨਿਆਂ ਦੇ ਵਿੱਚ, ਕਿਉਂਕਿ 1 ਮਹੀਨੇ ਬਾਅਦ ਇਹਨਾਂ ਨੂੰ ਫਲ ਲੱਗਦਾ, ਅਤੇ 2 ਮਹੀਨੇ ਮੈਂ ਸੇਲ ਕਰਨੇ, ਉਦੋਂ ਬਾਅਦ ਇੱਥੇ ਆਪਾਂ ਗੋਭੀ ਲਾ ਦਾਂਗੇ ਬਈ, ਔਸਤ ਅੰਦਾਜ਼ਾ ਹੁੰਦਾ ਬਈ, ਜਿਵੇਂ ਹੁਣ ਨਹੀਂ ਉਹ ਤਾਂ ਵਾਧਾ ਘਟਦਾ ਰਹਿੰਦਾ, ਵਾਧਾ ਘਟਦਾ ਰਹਿੰਦਾ ਬਈ। ਤੇ ਰਿਸ਼ਤੇਦਾਰਾਂ ਦਾ ਕੀ ਬਈ ਪਿਆ, ਕੋਈ ਫਰਕ ਫੋਨ ਫਾਨ ਵੀ ਉਦੋਂ ਆਉਂਦੇ ਨੇ ਬਈ? ਰਿਸ਼ਤੇਦਾਰਾਂ ਦਾ ਬਈ, ਮੇਰੇ ਰਿਸ਼ਤੇਦਾਰ ਤਾਂ ਤਕਰੀਬਨ ਸਾਰੇ ਬਹੁਤ ਵਧੀਆ ਬਈ, ਮੇਰੇ ਨਾਨਕੇ, ਮਾਮੇ, ਭੂਆ, ਫੁੱਫੜ ਬਈ ਬਹੁਤ ਵਧੀਆ ਖਰ, ਉਹਨਾਂ ਨੇ ਬਹੁਤ ਸੰਯੋਗ, ਰਿਸ਼ਤੇਦਾਰਾਂ ਕੰਨੀ ਆਪਣਾ ਪੂਰਾ ਸੰਯੋਗ ਮਿਲਿਆ ਬਈ, ਆਮ ਕਹਿ ਦਿੰਦੇ ਵੀ ਰਿਸ਼ਤੇਦਾਰ ਰਾਜੀ ਨਹੀਂ ਹੁੰਦੇ, ਪਰ ਉਹਨਾਂ ਨੇ ਹੌਸਲਾ ਹੀ ਦਿੱਤਾ ਮੈਨੂੰ ਵੀ ਕਿਤੇ ਨਾ ਕਿਤੇ ਤੈਨੂੰ ਜਾ ਕੇ ਮੁਨਾਫਾ ਮਿਲੂਗਾ ਹੀ ਮਿਲੂਗਾ, ਅਤੇ ਅੱਜ ਵਧੀਆ ਬਈ ਮੁਨਾਫੇ 'ਚ ਨਜ਼ਾਰੇ ਆ ਬਈ। ਇੱਕ ਗੱਲ ਹੋਰ ਆ, ਹੈ ਨਾ, ਜਿਵੇਂ ਆਪਣੇ ਜ਼ਿਆਦਾ ਹੁਣ ਬਾਹਰ ਨੂੰ ਜਾਈ ਜਾਂਦੇ, ਜ਼ਿਆਦਾ ਰੁਝਾਨ ਵੀ ਹੈ ਨਾ, ਮਾਲਵੇ ਥੋੜ੍ਹਾ ਜਿਹਾ ਘਾਟਾ ਹੁਣ ਬਣਿਆ, ਹੁਣ ਬਣਿਆ, ਅਤੇ ਕੰਮ ਹੈ ਨਹੀਂ, ਵੱਡਾ ਕਾਰਨ ਇਹ ਹੈ ਨਾ, ਸਭ ਤੋਂ ਕਹਿੰਦੇ ਕੰਮ ਹੈ ਨਹੀਂ। ਹਾਂ ਬਈ, ਬਈ ਕੰਮ ਨਾ ਉੱਥੇ ਜਾ ਕੇ ਕਰਨਗੇ, ਕਿਉਂਕਿ 28 ਲੱਖ ਰੁਪਇਆ ਲਾਇਆ ਹੁੰਦਾ, ਉਹਨਾਂ ਨੂੰ ਕਰਨਾ ਹੀ ਪੈਣਾ, ਕੋਈ ਆਪਸ਼ਨ ਹੀ ਨਹੀਂ, ਮਜ਼ਬੂਰੀ ਬਣ ਜਾਂਦੀ, ਉੱਥੇ ਆਟੋਮੈਟਿਕਲੀ ਕੰਮ ਹੈਗਾ ਬਈ, ਇੱਥੇ ਆਪਣੇ ਨਾ ਵੀ ਕੰਮ ਹੈਗਾ ਪਰ ਕਰਦੇ ਨਹੀਂ ਗੇ, ਇੱਥੇ ਹੁਣ ਕਹਿ ਦਿੰਦੇ ਸਾਨੂੰ ਸਰਕਾਰ ਨੌਕਰੀਆਂ ਦੇਵੇ ਬਈ, ਆਪਾਂ ਸਰਕਾਰ 'ਤੇ ਥੋੜ੍ਹਾ ਨਿਰਭਰ ਰਹਾਂਗੇ, ਉੱਥੇ ਕਿਹੜਾ ਜਾ ਕੇ ਸਰਕਾਰ 'ਤੇ ਨਿਰਭਰ ਆ, ਆਪਦਾ ਕੰਮ ਆਪ ਲੱਭਦੇ ਹਾਂ ਕੈਨੇਡਾ 'ਚ ਜਾ ਕੇ, ਅਤੇ ਇੱਥੇ ਬਈ ਲੋਕ ਆਪਦੇ ਖੇਤ 'ਚ ਨਹੀਂ ਕੰਮ ਕਰਦੇ, ਅਤੇ ਬਸ ਇੱਕ ਇੰਨਾ ਵੀ ਕਹਿ ਦਿੰਦੇ ਕਣਕ ਝੋਨਾ ਲਾਉਣੇ, ਇਹ 'ਚੋਂ ਬਚਦਾ ਕੁਛ ਨਹੀਂ,
ਬਈ ਜਦੋਂ ਕੰਮ ਨਹੀਂ ਕਰਨਾ ਬਚਦਾ ਤਾਂ ਆਪੇ ਨਹੀਂ, ਉੱਥੇ ਜਾ ਕੇ 13 ਘੰਟੇ ਕੰਮ ਕਰਾਂਗੇ ਤਾਂ ਆਟੋਮੈਟਿਕਲੀ ਬਚਣਾ ਬਈ, 13 ਘੰਟੇ ਇੱਥੇ ਆਪਦੇ ਖੇਤ 'ਚ ਕਰੋ, ਇੱਥੇ ਵੀ ਬਚੂਗਾ ਬਈ। ਅਤੇ ਬਸ ਇੱਥੇ ਵਿਹਲੜ ਪਣਾ ਵਾਲਾ ਬਈ, ਬੇਰੁਜ਼ਗਾਰੀ ਘੱਟ ਹੈ। ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਜਿਹੜੇ ਆਪਣੇ ਸਰੋਤੇ ਆ ਦਰਸ਼ਕ ਸੁਣ ਰਹੇ? ਅਖੀਰ ਦੇ ਵਿੱਚ ਤਾਂ ਬਈ ਆਪੋ ਆਪਣੀ ਮਰਜ਼ੀ ਹੁੰਦੀ ਹੈ ਨਾ, ਜਾਣਾ ਜਿਹਨੇ ਜਾਣਾ ਉਹਨੇ ਜਾਣਾ ਹੀ ਹੈ, ਆਪਣੇ ਕਹਿਣ 'ਤੇ ਕੋਈ ਨਹੀਂ ਰੁਕਦਾ ਬਈ। ਪਰ ਇਹ ਹੈਗਾ ਬਈ ਬੰਦੇ ਦੇ ਮਨ 'ਚ ਇਹ ਹੋਣਾ ਚਾਹੀਦਾ ਵੀ 7-8 ਸਾਲ ਉੱਥੇ ਕਮਾਈ ਕਰੋ ਜਿੰਨੀ ਕੁ ਵੀ ਹੁੰਦੀ ਹੈ ਨਾ, ਮੁੜ ਕੇ ਪੱਕੇ ਤੌਰ 'ਤੇ ਨਾ ਉੱਥੇ ਰਹੋ, ਇੱਥੇ ਆਓ, ਆਪਦਾ ਬਈ ਆਪਦੇ ਪ੍ਰੋਜੈਕਟ ਇੱਥੇ ਸ਼ੁਰੂ ਕਰੋ, ਪੰਜਾਬ ਦੇ ਵਿੱਚ ਪੰਜਾਬ ਨੂੰ ਕਮਾਈ ਕਰਕੇ ਪੰਜਾਬ ਦੇ ਵਿੱਚ ਪੈਸਾ ਖਰਚ ਕੇ ਪੰਜਾਬ ਦੇ ਵਿੱਚ ਵਧੀਆ ਫੁੱਲ ਗਏ ਬਈ। ਉੱਥੇ ਲੋਕਾਂ ਨੂੰ ਕਮਾਈ ਕਰਕੇ ਦੇਣ ਦਾ ਕੀ ਫਾਇਦਾ ਬਈ, ਗੋਰਿਆਂ ਨੂੰ ਕਮਾਈ ਕਰਕੇ ਦੇਣ ਦਾ ਕੀ ਫਾਇਦਾ? ਜੇ ਆਪਾਂ ਉੱਥੇ ਮਹੀਨੇ ਦੀ 1 ਲੱਖ ਰੁਪਇਆ ਕਮਾਈ ਕਰਾਂਗੇ ਬਈ, 2 ਲੱਖ ਰੁਪਇਆ ਆਪਾਂ ਗੋਰੇ ਨੂੰ ਕਮਾਈ ਕਰਕੇ ਦੇਵਾਂਗੇ, ਫਿਰ 1 ਲੱਖ ਆਪਾਂ ਨੂੰ ਬਣੂਗਾ। ਇੱਥੇ ਜੇ ਆਪਾਂ ਬਈ ਕਮਾਈ ਕਰਾਂਗੇ ਆਪਦੇ ਪੰਜਾਬ ਨੂੰ ਤਾਂ ਦੇਵਾਂਗੇ। ਬਿਲਕੁਲ, ਸੋ ਧੰਨਵਾਦ ਭਰਾ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਜੀ।